ਸਿੰਘ ਅਰਜਨ ਅਸੀਂ ਸ਼ੁਰੂ ਕਰਦੇ ਹਾਂ ਕਿ ਉਹ ਸਰਕਲ ਕਮੇਟੀ ਨੇ ਸਾਨੂੰ ਆਦੇਸ਼ ਦੇਣੇ ਆ, ਉਹ ਅਸੀਂ ਲਗਾਤਾਰ ਜਾਰੀ ਰੱਖਾਂਗੇ। ਅਗਲੀ ਗੱਲ ਪਾਓ, ਉਹ ਵੋਟਾਂ ਲੈਣ ਤੋਂ ਪਹਿਲਾਂ ਕੁਛ ਹੋਰ ਹੁੰਦੇ ਆ, ਉਸ ਤੋਂ ਬਾਅਦ ਇਹ ਬਦਲ ਜਾਂਦੇ ਆ। ਦੋ ਤਿੰਨ ਸਾਥੀ ਨੇ ਜਿਹੜੇ ਉਹ ਇਹਨਾਂ ਨੇ ਗੁੰਡੇ ਰੱਖੇ ਹੋਏ ਆ, ਪੁਲਿਸ ਮੁਸ਼ਾਰੀ ਲਾਲ ਦੇ ਕਾਤਲਾਂ ਨੂੰ ਗ੍ਰਿਫਤਾਰ ਕਰੋ। ਰਾਤਰੀ ਜਥੇਬੰਦੀਆਂ ਜਿੰਦਾਬਾਦ, ਪੁਲਿਸ ਪ੍ਰਸ਼ਾਸਨ ਮੁਰਦਾਬਾਦ। ਧੱਕੇਸ਼ਾਹੀ ਨਹੀਂ ਚਲੇਗੀ, ਗੁੰਡਾਗਰਦੀ ਨਹੀਂ ਚਲੇਗੀ, ਪੁਲਿਸ ਪ੍ਰਸ਼ਾਸਨ ਕਰਦਾ ਧੱਕੇਸ਼ਾਹੀ ਨਹੀਂ ਚਲੇਗੀ। ਸਾਰੇ ਦੋਸਤਾਂ ਨੂੰ ਅਪੀਲ ਆ ਕਿ ਜਿਹੜੇ ਸਾਥੀ ਦੀਆਂ ਦੋ ਬਾਹਾਂ ਨੇ ਉਹ ਦੋ ਬਾਹਾਂ ਖੜੀਆਂ ਕਰਕੇ ਨਾਰਾ ਲਾਸ਼ਨ ਦੋਸਤੋ। ਅਗਲੀ ਗੱਲ ਦੋਸਤੋ, ਦੂਜੇ ਪੜਾਅ ਦੇ ਧਰਨੇ ਵਜੋਂ ਮੈਂ ਅਗਲੀ ਗੱਲ ਇਹ ਕਹਿ ਰਿਹਾ, ਪੁਲਿਸ ਪ੍ਰਸ਼ਾਸਨ ਨੇ ਇਹ ਗੱਲ ਗਿਣਤੀ ਘੱਟ ਹੈ। ਹਜੇ ਤਾਂ ਸਾਡਾ ਲੋਕਲ ਪ੍ਰੋਗਰਾਮ ਆ, ਇਹ ਮੈਂ ਤੁਹਾਨੂੰ ਉਦੋਂ ਵੀ ਗੱਲ ਸਟੇਜ ਤੋਂ ਕਹੀ ਸੀਗੀ। ਸਭ ਨੇ ਧਰਨਾ ਲਾਇਆ, ਇਹ ਮੇਰੇ ਪਤੀ ਗਰਧਾਰੀ ਲਾਲ ਦਾ 18 ਅਪ੍ਰੈਲ ਨੂੰ ਕਤਲ ਹੋ ਗਿਆ, ਜਿਸ ਕਾਰਨ ਅਸੀਂ ਧਰਨਾ ਲਾਇਆ ਕਿ ਸਾਡੇ ਮੇਰੇ ਪਤੀ ਨੂੰ ਕੋਈ ਵੀ ਇਨਸਾਫ਼ ਨਹੀਂ ਦਿੱਤਾ ਗਿਆ, ਅਸੀਂ ਇਹਦਾ ਨਾ ਕਿ ਇਨਸਾਫ਼ ਦੀ ਮੰਗ ਵਾਸਤੇ ਇਹ ਧਰਨਾ ਲਾ ਰਹੇ ਹਾਂ। ਇਹ ਹੋਇਆ ਕੀ ਸੀ, ਸਾਰਾ ਵਾਕਿਆ ਕੀ ਹੋਇਆ? ਮੇਰੇ ਪਤੀ ਨੂੰ ਜ਼ਹਿਰੀਲੀ ਚੀਜ਼ ਦੇ ਕੇ ਕੋਲਡ ਡਰਿੰਕ ਵਿੱਚ ਮਾਰਿਆ ਗਿਆ, ਅਤੇ ਉਹਨਾਂ ਦੇ ਕਾਤਲਾਂ ਨੂੰ ਗ੍ਰਿਫਤਾਰ ਕਰਨ ਵਾਸਤੇ ਅਸੀਂ ਤਾਂ ਇਹ ਧਰਨਾ ਲਾ ਰਹੇ ਹਾਂ। ਅਤੇ ਪੁਲਿਸ ਵੱਲੋਂ ਜਿਹੜੀ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ, ਪੈਸਾ ਚੜ ਰਿਹਾ ਹੈ, ਪੋਲੀਟਿਕਸ ਦਾ ਹੱਥ ਹੈ, ਇਹ ਸਭ ਇਹਦਾ ਨਾ ਕਿ ਆਪਣੇ ਰਲੇ ਮਿਲੇ ਭਗਤ ਨੇ। ਇਸ ਲਈ ਇਹ ਮੈਂ ਚਾਹੁੰਦੀ ਹਾਂ ਕਿ ਮੇਰੇ ਪਤੀ ਨੂੰ ਇਨਸਾਫ਼ ਦਿੱਤਾ ਜਾਵੇ। ਇਹ 5 ਬੰਦੇ ਨੇ, ਅਸ਼ੋਕ ਸ਼ਰਮਾ, ਰਾਜਨ ਸ਼ਰਮਾ, ਗੱਪੂ ਸੋਈ, ਲਾਡੀ ਲਾਡਾ, ਇਹ 5 ਬੰਦੇ ਸ਼ਰੇਆਮ ਘੁੰਮ ਰਹੇ ਨੇ ਸ਼ਹਿਰ ਦੇ ਵਿੱਚ, ਅਤੇ ਕੋਈ ਕਾਰਵਾਈ ਨਹੀਂ ਹੋ ਰਹੀ। ਮੈਂ ਚਾਹੁੰਦੀ ਹਾਂ ਕਿ ਮੇਰੇ ਪਤੀ ਨੂੰ ਇਨਸਾਫ਼ ਦਿੱਤਾ ਜਾਵੇ। ਇਹ ਜਿਹੜੇ ਤੁਸੀਂ ਨਾਂ ਲੈ ਰਹੇ ਹੋ, ਇਹ ਕੀ ਉਹਨਾਂ ਦੇ ਨਾਲ ਕੋਈ ਇਹਨਾਂ ਦਾ ਕੁਛ ਹੈਗੇ ਸੀ, ਕੋਈ ਵਿਵਾਦ ਚੱਲ ਰਿਹਾ ਸੀ? ਨਹੀਂ, ਇਹ ਕੋਈ ਮੈਨੂੰ ਨਹੀਂ ਪਤਾ, ਪਰ ਉਹਨਾਂ ਨੇ ਬਿਆਨ ਦਿੱਤੇ ਨੇ, ਮਰਨ ਤੋਂ ਪਹਿਲਾਂ ਉਹਨਾਂ ਨੇ ਬਿਆਨ ਦਿੱਤੇ ਨੇ ਕਿ ਇਹ 5 ਬੰਦੇ ਮੈਨੂੰ ਬਹੁਤ ਤੰਗ ਕਰਦੇ ਸੀ, ਅਤੇ ਇਹਨਾਂ ਨੇ ਮੈਨੂੰ ਕੋਲਡ ਡਰਿੰਕ ਵਿੱਚ ਜ਼ਹਿਰੀਲੀ ਚੀਜ਼ ਦੇ ਕੇ ਮਾਰਿਆ। ਇਸ ਕਰਕੇ ਮੈਂ ਪੁਲਿਸ ਨੂੰ ਬੇਨਤੀ ਕਰਦੀ ਹਾਂ ਕਿ ਮੇਰੇ ਪਤੀ ਨੂੰ ਇਨਸਾਫ਼ ਦਿੱਤਾ ਜਾਵੇ। ਮੈਂ ਰਜੇਸ਼ ਦੇਵਗਨ, ਪ੍ਰਧਾਨ ਸਵਰਬਨ TSU। ਅੱਜ ਦਾ ਜਿਹੜਾ ਧਰਨਾ, ਅਸੀਂ ਆਪਣੇ ਸਾਥੀ ਗਰਧਾਰੀ ਲਾਲ ਜੀ ਦੀ 18/4/18 ਨੂੰ ਕੁਛ ਗੁੰਡੇ ਅਨਸਰਾਂ ਵੱਲੋਂ ਜ਼ਹਿਰ ਦੇ ਕੇ ਸਾਥੀ ਨੂੰ ਮਾਰਿਆ ਗਿਆ, ਔਰ ਘੱਟੋ ਘੱਟ 50 ਦਿਨ ਦਾ ਸਮਾਂ ਅੱਜ ਬੀਤ ਚੁੱਕਿਆ। ਦਫ਼ਾ 302, 120 ਜਿਹੜੀ ਹੈ ਉਹ ਪੁਲਿਸ ਵੱਲੋਂ ਲਗਾਈ ਗਈ ਹੈ, ਪਰੰਤੂ ਇੰਨਾ ਲੰਮਾ ਸਮਾਂ ਬੀਤਣ ਦੇ ਬਾਵਜੂਦ ਵੀ ਉਹ ਜਿਹੜੇ 5 ਦੋਸ਼ੀ ਨੇ ਉਹ ਖੁੱਲ੍ਹੇ ਆਮ ਜਿਹੜੇ ਹੈ ਉਹ ਆਪਣੇ ਘਰਾਂ ਦੇ ਵਿੱਚ ਬਾਜ਼ਾਰ ਦੇ ਵਿੱਚ ਘੁੰਮ ਰਹੇ ਹੈ, ਪਰ ਪੁਲਿਸ ਵੱਲੋਂ ਉਹਨਾਂ ਵਿਰੁੱਧ ਜਿਹੜੀ ਹੈ ਕੋਈ ਵੀ ਕਾਰਵਾਈ ਜਿਹੜੀ ਹੈ ਉਹ ਨਹੀਂ ਕੀਤੀ ਜਾ ਰਹੀ, ਨਾ ਹੀ ਦੋਸ਼ੀਆਂ ਨੂੰ ਜਿਹੜਾ ਹਜੇ ਤੱਕ ਗ੍ਰਿਫਤਾਰ ਕੀਤਾ ਗਿਆ। ਉਸ ਸੰਬੰਧ ਦੇ ਵਿੱਚ ਅੱਜ ਅਸੀਂ ਜੁਆਇੰਟ ਫੋਰਮ ਦੀ ਕਾਲ 'ਤੇ ਦੋਵਾਂ ਡਿਵੀਜ਼ਨਾਂ ਵੱਲੋਂ, ਹੋਰ ਭਰਾਤਰੀ ਕਿਸਾਨ ਜਥੇਬੰਦੀਆਂ ਵੱਲੋਂ ਅਸੀਂ SSP ਦਫ਼ਤਰ ਦੇ ਬਾਹਰ ਧਰਨਾ ਦੇਣ ਜਾ ਰਹੇ ਹਾਂ। ਜੇਕਰ ਇਹਨਾਂ ਦੋਸ਼ੀਆਂ ਨੂੰ ਛੇਤੀ ਪੁਲਿਸ ਵੱਲੋਂ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਆਉਣ ਵਾਲਾ ਸੰਘਰਸ਼ ਜਿਹੜਾ ਉਹ ਸਾਡਾ ਹੋਰ ਤਿੱਖਾ ਹੋਵੇਗਾ, ਜਿਸ ਦੀ ਸਾਰੀ ਜ਼ਿੰਮੇਵਾਰੀ ਇਸ ਪੁਲਿਸ ਪ੍ਰਸ਼ਾਸਨ ਦੀ, ਇਸ ਐਡਮਿਨਿਸਟ੍ਰੇਸ਼ਨ ਦੀ ਔਰ ਪੰਜਾਬ ਸਰਕਾਰ ਦੀ ਖੁਦ ਦੀ ਹੋਵੇਗੀ। ਇਹ ਅਸੀਂ
ਜਿਹੜਾ ਜੁਆਇੰਟ ਫਰਮ ਵੱਲੋਂ ਇਸ ਪੁਲਿਸ ਪ੍ਰਸ਼ਾਸਨ ਨੂੰ ਜਿਹੜੀ ਹੈ ਅੱਜ ਚੇਤਾਵਨੀ ਦਿੰਦੇ ਹਾਂ। ਸੋ ਛੇਤੀ ਤੋਂ ਛੇਤੀ ਜਿਹੜਾ ਇਹਨਾਂ ਦੋਸ਼ੀਆਂ ਨੂੰ ਜਿਹੜਾ ਉਹ ਗ੍ਰਿਫਤਾਰ ਕੀਤਾ ਜਾਵੇ ਤਾਂ ਜੋ ਕਿ ਗਰਦਾਰੀ ਲਾਲ ਦੇ ਪਰਿਵਾਰ ਹੈ ਉਹਨਾਂ ਨੂੰ ਇਨਸਾਫ਼ ਮਿਲ ਸਕੇ, ਸਾਡੀ ਉਹ ਜਿਹੜੀ ਬਜ਼ੁਰਗ ਮਾਤਾ ਹੈ ਉਸ ਨੂੰ ਆਪਣੇ ਪੁੱਤਰ ਦੀ ਹੱਤਿਆ ਦਾ ਜਿਹੜਾ ਇਨਸਾਫ਼ ਮਿਲ ਸਕੇ। ਸੋ ਧੰਨਵਾਦ। ਕਰਤਾਰ ਸਿੰਘ ਟੈਕਨੀਕਲ ਸਰਵਿਸ ਯੂਨੀਵਰਸਿਟੀ ਡਿਵੀਜ਼ਨ ਦਾ ਪ੍ਰਧਾਨ, ਸਾਥੀ ਗਰਦਾਰੀ ਲਾਲ ਸਾਡਾ ਕੈਂਟ ਨੰਬਰ 2 ਸਾਹਿਬ ਦਾ ਪ੍ਰਧਾਨ ਸੀ, ਉਹਨੂੰ ਇੱਥੋਂ ਦੇ ਕੋਈ ਗੁੰਡਿਆਂ ਨੇ ਜ਼ਹਿਰ ਦੇ ਕੇ ਜ਼ਹਿਰੀਲੀ ਚੀਜ਼ ਕੋਈ ਠੰਡੇ ਦੇ ਵਿੱਚ ਪਿਆ ਕੇ ਉਹਨੂੰ ਮਾਰ ਦਿੱਤਾ ਹੈ, ਜਿਹਦੀ 302 ਦਾ ਪਰਚਾ ਵੀ ਦਰਜ ਹੋਇਆ, 320 ਦੇ ਨਾਲ 120 ਲੱਗੀ ਹੋਈ ਆ। ਪਰ ਅਜੇ ਤੱਕ 50 ਦਿਨ ਬੀਤ ਜਾਣ ਦੇ ਬਾਵਜੂਦ ਵੀ ਪੁਲਿਸ ਨੇ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ। ਅਸੀਂ ਪਹਿਲਾਂ ਵੀ SSP ਨੂੰ ਵੀ ਮਿਲ ਚੁੱਕੇ ਹਾਂ ਅਤੇ ਥਾਣਾ ਸਿਟੀ ਦੇ ਖਿਲਾਫ ਧਰਨਾ ਵੀ ਪਹਿਲਾਂ ਲਾ ਚੁੱਕੇ ਹਾਂ, ਪਰ ਅਜੇ ਤੱਕ ਫਿਰ ਵੀ ਕਿਸੇ ਨੂੰ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਸਾਨੂੰ ਪਤਾ ਲੱਗਾ ਵੀ ਇਹਦੇ ਵਿੱਚ ਜਿੱਥੇ ਸਿਆਸੀ ਲੋਕਾਂ ਦਾ ਹੱਥ ਆ ਉਹਨਾਂ ਨੂੰ ਗ੍ਰਿਫਤਾਰ ਨਾ ਕਰਨ ਦੇ ਵਿੱਚ, ਉਹਦੇ ਨਾਲ ਨਾਲ ਹੀ ਜਿਹੜਾ ਪੈਸਾ ਵੀ ਉਹ ਪਾਣੀ ਵਾਂਗੂ ਵਹਾਇਆ ਜਾ ਰਿਹਾ, ਉਹ ਗੁੰਡਿਆਂ ਨੇ ਜਿਹੜਾ ਪੈਸਾ ਲੁੱਟ ਖੋਹ ਦਾ ਇਕੱਠਾ ਕੀਤਾ ਉਹ ਪੈਸਾ ਜਿਹੜਾ ਪੁਲਿਸ ਪ੍ਰਸ਼ਾਸਨ ਨੂੰ ਚੜ੍ਹਾ ਕੇ ਅਤੇ ਉਹ ਸਾਡੇ ਸਾਥੀ ਦੇ ਕਾਤਲਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ। ਅੱਜ ਅਸੀਂ SSP ਦਫ਼ਤਰ ਪੂਰੇ ਧਰਨਾ ਲਾ ਰਹੇ ਹਾਂ ਔਰ ਮਿਤੀ 14 ਤਰੀਕ ਤੋਂ ਅਸੀਂ ਆਪਦੇ ਮਹਿਕਮੇ ਦੇ ਵਿੱਚ ਪੈਨ ਡਾਊਨ ਟੂਲ ਡਾਊਨ ਹੜਤਾਲ ਸ਼ੁਰੂ ਕਰ ਰਹੇ ਹਾਂ ਔਰ ਉਸ ਤੋਂ ਬਾਅਦ ਵੀ ਅਗਲਾ ਐਕਸ਼ਨ ਜਿਹੜਾ ਸਖ਼ਤ ਤੋਂ ਸਖ਼ਤ ਐਕਸ਼ਨ ਜਿਹੜੇ ਲੈ ਕੇ ਉਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਾਵਾਂਗੇ ਅਤੇ ਜਿਹੜੀ ਇਹਦੇ ਨਿਕਲਣ ਵਾਲੇ ਸਿੱਟੇ ਮਤਲਬ ਸਿੱਟਿਆਂ ਦੀ ਸਾਰੀ ਜ਼ਿੰਮੇਵਾਰੀ ਆ ਉਹ ਪੁਲਿਸ ਪ੍ਰਸ਼ਾਸਨ ਦੀ ਹੋਊਗੀ। ਧੰਨਵਾਦ। ਜਿਵੇਂ ਅਸੀਂ ਜਦੋਂ ਸੰਘਰਸ਼ ਨੂੰ ਅਗਲੇ ਪੜਾਅ ਦੇ ਵਿੱਚ ਲੈ ਕੇ ਜਾਣਾ ਵਾ, ਇਹ ਅੱਗ ਦੀਆਂ ਲਪਟਾਂ ਵਾਂਗੂ ਸੰਘਰਸ਼ ਹੋਰ ਮਗੇਗਾ। ਇੱਥੋਂ ਦੀ ਬਿਜਲੀ, ਇਹ ਬਿਜਲੀ ਮੁਲਾਜ਼ਮ ਵੀ ਚਲਾਉਂਦੇ ਹਨ, ਇਹਨੂੰ ਕੋਈ ਸਿਵਲ ਬੰਦਾ ਨਹੀਂ ਚਲਾ ਸਕਦਾ। ਸਿਵਲ ਬੰਦਾ ਮੈਂ ਕਿਸ਼ੋਰ ਪਲਾਸ ਨਾਲ ਲਾ ਲੂਗਾ। ਇਹ ਜਿਹੜੀਆਂ 11 KV ਲੈਣਾ ਜਾਂ 33 KV ਲੈਣਾ ਵਾ, ਸ਼ਹਿਰ ਕੇ ਵੀ ਲੈਣਾ ਜਿਹੜੀਆਂ, ਇਹਨਾਂ ਨੂੰ ਇਹ ਬਿਜਲੀ ਮੁਲਾਜ਼ਮ ਵੀ ਚਲਾ ਸਕਦੇ ਆ। ਸਿਟੀ ਡਿਵੀਜ਼ਨ ਵੱਲੋਂ ਅਮੀਤ ਪ੍ਰਧਾਨ ਹੋਣ 'ਤੇ ਸਾਥੀਆਂ ਨੂੰ ਵਿਸ਼ਵਾਸ ਦਵਾਉਣਾ ਵਾ। ਸਿੰਘ ਅਮੀਤ ਪ੍ਰਧਾਨ ਸ਼ਹਿਰੀ ਡਿਵੀਜ਼ਨ ਫਿਰੋਜ਼ਪੁਰ। ਹੁਣ ਮੈਂ ਬੇਨਤੀ ਕਰਦਾ ਸ਼ਾਮ ਸਿੰਘ ਰਿਟਾਇਰੀ ਯੂਨੀਅਨ ਦੇ ਆਗੂ ਸਕੱਤਰ ਨੇ ਸਿਟੀ ਡਿਵੀਜ਼ਨ ਦੇ। ਸਭ ਤੋਂ ਪਹਿਲਾਂ ਦੋ ਨਾਅਰੇ ਲਾਉਣੇ ਹੈ, ਸਾਥੀਆਂ ਨੇ ਨਾਅਰੇ ਦਾ ਜਵਾਬ ਉੱਚੀ ਆਵਾਜ਼ 'ਚ ਅਤੇ ਬਾਹਾਂ ਖੜੀਆਂ ਕਰਕੇ ਦੇਣਾ ਹੈ। ਗਿਰਦਾਰੀ ਦੇ ਕਾਤਲਾਂ ਨੂੰ ਗ੍ਰਿਫਤਾਰ ਕਰੋ, ਗ੍ਰਿਫਤਾਰ ਕਰੋ, ਗ੍ਰਿਫਤਾਰ ਕਰੋ ਸਰਕਾਰਯੋਗ ਮੰਚ ਦੇ ਬਿਰਾਜਮਾਨ ਪ੍ਰਧਾਨਗੀ ਮੰਡਲ ਅਤੇ ਵੱਖ ਵੱਖ ਜਥੇਬੰਦੀਆਂ ਤੋਂ ਮੇਰੇ ਆਏ ਸਰਗਰਮ ਆਗੂ, ਬੜੇ ਬੁਲਾਰੇ ਸਾਥੀ ਬੜਾ ਕੁਝ ਬੋਲ ਕੇ ਗਏ ਨੇ, ਸਾਡੇ ਹਕੂਮਤ ਰਾਜ ਜੀ ਬੋਲ ਕੇ ਗਏ ਨੇ। ਸਾਥੀ ਗਿਰਦਾਰੀ ਲਾਲ ਜੇ ਵਾਕਈ ਥੋੜ੍ਹੇ ਸਮਾਂ ਦੇ ਵਿੱਚ ਕੋਈ ਵੀ ਸਾਥੀ ਗਿਰਦਾਰੀ ਲਾਲ ਕੋਲ ਕੰਮ ਵਾਸਤੇ ਗਿਆ ਹੋਣਾ, ਉਹਨਾਂ ਨੇ ਉਸ ਸਾਥੀ ਦਾ ਫੋਨ 'ਤੇ ਕੰਮ ਉਹ ਕਰਾਉਂਦੇ ਰਹੇ ਨੇ। ਸੋ ਸਾਥੀਓ, ਜਿੱਥੇ ਗਿਰਦਾਰੀ ਲਾਲ ਦੇ ਪਰਿਵਾਰ ਨੂੰ